ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤੇ ਆਖੀਏ ਟਾਂਸੀ ਸਤਗੁਰੂ ਜਗਜੀਤ ਸਿੰਘ ਜੀ ਸਾਧ ਸੰਗਤ ਜੀ ਸਾਖੀ ਦਾ ਸੀ ਲੇਖ ਹੈ ਇੱਕ ਰਿਸ਼ਤਾ ਐ ਵੀ ਕੋਈ ਰਿਸ਼ਤਾ ਕੋਈ ਸਬੰਧ ਜੇ ਰੂਹਾਂ ਨੂੰ ਟੁੱਬਣ ਵਾਲਾ ਹੈ ਜੇ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਜੇ ਆਤਮਿਕ ਸਰੂਰ ਦੇਣ ਵਾਲਾ ਹੈ ਸਕੂਨ ਦੇਣ ਵਾਲਾ ਹੈ ओ, केवल तो केवल गुरु तो सिख का रिश्ता है बाकी रिश्ते दुनियादारी देने, गरजा देने मजबूरिया देने पर सतगुरु तो सिख का रिश्ता रूहों का रिश्ता है आत्मा का रिश्ता है अजि रिश्तों ही धार्मिक साहित सई है साहित्य आत्मा ਨੂੰ ਸਕੂਨ ਦੇਣ ਵਾਲਾ ਹੈ ਜਿਹੜਾ ਸਾਹਿਤ ਪੜ੍ਹਨ ਵਾਲਿਆਂ ਨੂੰ ਕੇਵਲ ਮਨੋਰੰਜਨ ਹੀ ਨਹੀਂ ਪ੍ਰੇਰਣਾ ਦਿੰਦਾ ਹੈ ਕਿਉਂਕਿ ਇਸੇ ਸਾਹਿਤ ਵਿੱਚ ਪ੍ਰੇਮਾ ਭਗਤੀ ਹੈ ਮੁਹੱਬਤ ਹੈ ਬिरा ਦੀ ਤੜਪ ਹੈ ਮਿਲਾਪ ਦਾ ਖੇੜਾ ਹੈ ਕਿਸੇ ਲਈ ਕੁਰਬਾਨ ਹੋ ਜਾਣ ਦਾ ਜਜ਼ਬਾ ਹੈ ਸਰਬੰਗੀ शख्सियत ਦੇ ਮਾਲਕ ਸੀ ਸਾਗੂ ਜਗਜੀਤ ਸਿੰਘ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰੇ ਆਪ ਜੀ ਦੀ ਮਿਗਨਾਤੀਸੀ ਸ਼ਖਸੀਅਤ ਨਾਲ अनेका ਮਜੀਠੀ ਰੰਗਾ ਵਿੱਚ ਰੰਗ ਹੋਏ ਰਿਸ਼ਤੇ ਸਿਰਜੇ ਗਏ ਗੱਲ ਸਾਡੇ ਨਿਕਟਤਮ ਗੁਆੰਡੀ ਮੁਲਕ THAILAND ਦੀ ਹੈ ਸ਼ਹਿਰ ਬੈਂਕਾਕ ਜਿੱਥੋਂ ਦੇ ਸ਼ਰਧਾਵਾਨ ਸਿੱਖਾ ਸੇਵਕਾ ਹਜੂਰ ਦੇ ਹਰ ਹੁਕਮ ਤੇ ਕੁਰਬਾਨ ਜਾਨ ਨੂੰ ਆਪਣੀ ਜ਼ਿੰਦਗੀ ਦੀ ਵੱਡੀ ਖੁਸ਼ੀ ਸਮਝਿਆ ਸਿੱਖੀ ਦੀਆਂ ਉੱਚੀਆਂ ਕਦਰਾਂ ਕੀਮਤਾਂ ਨੂੰ ਦੁਹਰਾ ਕੇ ਮਿਸਾਲਾ ਕਾਇਮ ਕੀਤੀਆਂ ਸਰਦਾਰ ਪਿਆਰਾ ਸਿੰਘ ਸਚਦੇਵ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਪਵਿੱਤਰ ਗੌਰ ਜਦੋਂ ਪਾਸ਼ਾ ਜੀ ਨੇ ਬੈਂਕਾਕ ਦਰਸ਼ਨ ਦੇਣੇ ਅੱਥੇ ਬਹਿਰ ਹਜ਼ੂਰ ਦੀ ਅਰਦਲ ਵਿੱਚ ਹੱਥ ਬਨ ਨਿਕਲੋਤੇ ਰਹਿਣਾ ਜੇ ਪਾਸ਼ਾ ਜੀ ਨੇ ਭੈਣੇ ਸਾਹਿਬ ਜਾ ਕਿਦਰੇ ਹੋਰ ਵਿਚਰ ਰਹੇ ਹੋਣਾ ਤਾਂ ਵੀਰਾਂ ਦੇ ਅਥਰੂ ਨਾਰ ਸੁੱਕਣ ਦੇਣੇ ਨਾ ਮੁਕਣ ਦੇਣੇ ਸਮਾਜੀ ਆ ਬਣਿਆ ਕਿ ਸਰਦਾਰ ਪਿਆਰਾ ਸਿੰਘ ਸਚਦੇਵ ਹੋਰੀ ਢਿੱਲੇ ਹੋ ਗਏ ਬੀਬੀ ਪਵਿੱਤਰ ਕੌਰ ਦਾ ਮੁਖ ਰੁਝੇਵਾ ਸਰਦਾਰ ਜੀ ਦੀ ਸੇਵਾ ਤੇ ਸਾਮ ਸੰਭਾਲ ਹੋ ਨਿਭੜਿਆ ਸਾਧਗੁਰ ਜੀ ਨੇ ਕੁਝ ਦਿਨਾਂ ਲਈ ਬੈਂਕਾਕ ਦਰਸ਼ਨ ਦਿੱਤੇ ਸਾਹ ਸੰਗਤ ਵਿੱਚ ਰੁਝੇਵੇਂ ਐਨੇ ਕਿ ਇੱਕ ਪਲ ਦਾ ਵੇਲ ਨਹੀਂ ਸਚਦੇਵ ਦੰਪਤੀ ਦਰਸ਼ਨਾ ਲਈ ਬੇਹਬਲ ਹਾਰ ਕੜੀ ਹਾਰ ਪਾਲ ਸਾਧਗੁਰਾਂ ਦੀ ਦੀ ਦਾਰਿਆਂ ਨੂੰ ਸਹਿਕ ਰਹੀ ਬੀਬੀ ਪਵਿੱਤਰ ਘਰ ਨੇ ਹਜੂਰ ਦੀ ਤਸਵੀਰ ਦੇ ਸੰਮੁਖ ਹੱਥ ਜੋੜ ਲੇ ਅਥਰੂ ਵਹਾ ਕੇ ਅੱਖਾਂ ਬੰਦ ਲਈਆਂ ਗੱਲਾ ਗਲਾ ਰੁੰਦਿਆ ਗਿਆ ਕਗਿਆਲੇ ਲਫ਼ਜ਼ਾ ਵਿਚਾਰ ਜੀ ਕਰਨ ਲੱਗੀ ਖਲੇ ਖਲੋਤੀ ਦਰਸ਼ਨ ਦੇ ਜਾਓ ਆਪ ਜੀ ਕੋਲ ਤੇ ਵਕਤ ਨਹੀਂ ਸਾਡਾ ਤੇ ਸਾਰਾ ਵਕਤ ਹੀ ਆਪ ਜੀ ਲਈ ਹੈ ਇਕ ਆਪ ਜੀ ਦਾ ਹੀ ਇਤਿਆਸਰਾ ਹੈ ਸਾਡੇ ਨੇ ਆਸਿਰਿਆਂ ਲਈ ਆਪ ਜੀ ਦੇ ਦਰਸ਼ਨੀ ਦਾ ਸਾਡੇ ਲਈ ਹੌਸਲਾ ਨੇ بگਦੇ ਟੈਂਦੇ ਮੰਨ ਲਈ ਠੂਮਣਾ ਨੇ ਨਾ ਰੁਕਿਓ ਨਾ ਬੈਠਿਓ ਖਲੇ ਖਲੋਤੇ ਆ ਜਾਓ ਇੱਕ ਪਾਲ ਲਈ ਆ ਜਾਓ ਘੜੀ ਲਈ ਆ ਜਾਓ ਹੋਰ ਨਹੀਂ ਤਾਂ ਚਾਤੀ ਹੀ ਮਾਰ ਜਾਓ ਆਪਣੀ ਸੇਵਕਾ ਵੱਲ ਬੀਬੀ ਦਾ ਵੈਰਾਗ ਸੀ ਕਿ ਠੱਲਿਆਈ ਨਹੀਂ ਸੀ ਜਾਨਾ ਕੋਲ ਪਏ ਸੋਫੇ ਦੀ ਓਟ ਲੈ ਉਸੇ ਤੇ ਬੈਠ ਗਈ ਲੇਟ ਗਈ ਅੱਖਾਂ ਮੁੰਨੀਆਂ ਗਈਆਂ ਸੁਰਤੀ ਬਾਹਰੀ ਚਰਨਾਂ ਨਾਲ ਜੁੜ ਗਈ ਅਰਧ ਚੇਤਨ ਅਵਸਥਾ ਅਨੰਦ ਵਿਭੋਰ ਆਤਮਕ ਸਕੂਨ ਨਾਲ ਲਬਰੇਜ਼ ਰੂਹ ਨੂੰ ਸਵਰਗੀ ਸੁੱਖਾ ਜਿਹਾ ਸੁੱਖਾ ਜਿਆ ਅਹਿਸਾਸ ਹੋ ਰਿਹਾ ਹੈ ਸੁਤ ਅਨਿਦਰੀ ਅਵਸਥਾ ਵਿੱਚ ਕਿਸੇ ਕਾਰ ਦੀ ਰੁਕਣ ਦੀ ਆਵਾਜ਼ ਸੁਣਾਈ ਦਿੱਤੀ ਫਿਰ ਬਾਰੀਆਂ ਖੁੱਲਣ ਦੀ ਬੰਦ ਹੋਣ ਦੀ ਕਦਮਾਂ ਦੀ ਆਹਟ ਕਿਸੇ ਦੀ ਆਮਦ ਦਾ ਅਹਿਸਾਸ ਤੇ ਫਿਰ ਪਾਤਸ਼ਾਹ ਜੀ ਨੇ ਮੱਖਿਓ ਮਿੱਠੇ ਬੋਲ ਕੰਨਾਂ ਵਿੱਚ ਮਿਸ਼ਰੀ ਗੋਲ ਗਏ ਸਚਦੇਵ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਮਨ ਕਰਦਾ ਸੀ ਤੁਹਾਨੂੰ ਮਿਲਣ ਨੂੰ ਵਕਤ ਇਸ ਵਾਰ ਬਹੁਤ ਘਟ ਸੀ ਪਰ ਮੇਰਾ ਮਨ ਕਰਦਾ ਸੀ ਸਚਦੇਵ ਨੂੰ ਮਿਲ ਕੇ ਹੀ ਜਾਣਾ ਹੈ ਭਾਵੇਂ ਪਲਦੋਂ ਪਲ ਹੀ ਰੁਕਾਂ ਇਧਰ ਖੁਸ਼ੀ ਦੀ ਧਰੂਆਂ ਦੀ ਬਰਸਾਤ ਹੋ ਰਹੀ ਸੀ ਰਿਮ ਜੀਮ ਰਿਮ ਜੀਮ बोलया ना सरदार प्यारा सिंह ਤੋਂ ਜਾਏ ਨਾ ਬੀਬੀ ਪਵਿੱਤਰ ਗੁਰ ਤੋਂ ਬੋਲਿਆ ਜਾਏ ਸਚਦੇਵ ਨੇ ਇਸ਼ਾਰਾ ਕੀਤਾ ਆਪਣੀ ਪਤਨੀ ਵਾਲ ਬਾਦਸ਼ਾਹ ਜੀ ਦੇ ਬੈਠਣ ਲਈ ਵਿਚਾਈ ਕਰਨ ਦਾ ਹੁਕਮ ਹੋਇਆ ਨਹੀਂ ਨਹੀਂ ਮੈਂ ਹੁਣੇ ਹੀ ਚਲੇ ਜਾਣਾ ਹੈ ਖੜੇ ਖੜੇ ਬੈਠਣਾ ਨਹੀਂ ਬਸ ਮਿਲਣਾ ਹੀ ਸੀ ਤੁਹਾਨੂੰ ਰਬੀ ਰਹਿਮਤਾ ਦੀ ਬਰਸਾਤ ਹੋ ਰਹੀ ਸੀ ਹਿਰਦਿਆਂ ਨੂੰ ਸਕੂਨ ਦੇਣ ਵਾਲੇ ਬੋਲ ਰੂ ਨੂੰ ਮੁਜੀਠੀ ਰਾਂਗ ਚੜਾ ਰਹੇ ਸਨ ਸਰਦਾਵਾਨ ਸਿੱਖ ਦੀ ਸਰਦਾ ਦੀਆਂ ਤੰਦਾ ਹੋਰ ਪਿੱਡੀਆਂ ਹੋ ਰਹੀਆਂ ਸਨ 5 ਮਿੰਟ ਤੇ 10 ਮਿੰਟ 15 ਮਿੰਟ ਸਰਦਾਰ ਪਿਆਰਾ ਸਿੰਘ ਹੋਰਾ ਫੇਰ ਬੀਬੀ ਪਵਿੱਤਰ ਕੋਲ ਕੋਰ ਵਾਲੇ ਵਿਚਾਈ ਕਰਨ ਲਈ ਇਸ਼ਾਰਾ ਕੀਤਾ सरदार प्यारा सिंह ਹੋਣਾ ਫਿਰ ਬੀਬੀ ਪਵਿੱਤਰ ਕੌਰ ਵੱਲ ਵਿਚਾਈ ਕਰਨ ਲਈ ਇਸ਼ਾਰਾ ਕੀਤਾ ਭਲਾ ਇਹ ਕਿੰਜ ਹੋ ਸਕਦਾ ਸੀ ਕਿ ਕਿਸੇ ਦਾ ਮਹਿਬੂਬ ਘਾਹ ਰਾਏ ਤੇ ਖੜਾ ਖਲੋਤਾ ਵਾਪਸ ਮੁੜ ਜਾਏ ਨਹੀਂ ਨਹੀਂ ਮੈਂ ਚਲੇ ਜਾਣਾ ਹੈ ਜਲਦੀ ਬਸ ਮਿਲਣਾ ਹੀ ਸੀ ਤੁਹਾਨੂੰ ਪਾਸ਼ਾ ਜੀ ਨੇ ਫਿਰ ਬਚਨ ਕੀਤਾ ਤੇ ਫਿਰ ਹੋਰ 5 ਮਿੰਟ 10 ਮਿੰਟ 15 ਮਿੰਟ ਪੂਰਾ ਅੱਧਾ ਘੰਟਾ ਹਜ਼ੂਰ ਖੜੇ ਖਲੋਤੇ ਬਚਨ ਬिलास ਕਰਦੇ ਰਹੇ ਖੁਸ਼ੀਆਂ ਵੰਡਦੇ ਰਹੇ ਹੌਸਲਾ ਦੇਂਦੇ ਛੜਦੀ ਕਲਾ ਵਿੱਚ ਰਹਿਣ ਦੀਆਂ ਅਸੀਸਾਂ ਦੇਂਦੇ ਪ੍ਰੇਰਦੇ ਰਹੇ ਬਾਣੀ ਪੜਨ ਲਈ ਨਾਮ ਜਪਣ ਲਈ ਤੇ ਮੁੜ ਜਲਦੀ ਦੁਬਾਰਾ ਆ ਕੇ ਮਿਲਣ ਦਾ ਵਾਅਦਾ ਕਰਦੇ। ਉਹ ਗਏ ਉਹ ਗਏ ਤੇ ਬੀਬੀ ਹੁਣ ਸਿਸਕੀਆਂ ਲੈ ਰਹੀ ਸੀ। ਫੂਫਕ ਫੂਫਕ ਕਰ ਰਹੀ ਸੀ। ਵਾਰ-ਵਾਰ ਅਤਰੂ ਪੁੰਜਦੀ ਆਖਦੀ ਮੈਂ ਤਤਣੀ ਨੇ ਕਿਉਂ ਮੰਗ ਕੀਤੀ? ਕੀ ਖਲੇ ਖਲੋਤੇ ਹੀ ਆ ਜਾਓ ਤਾਨ 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 ਨੀ ਸਤਿਗੁਰੂ ਜਗਜੀਤ ਸਿੰਘ ਜੀ ਉਹਨਾਂ ਦੇ ਚਰਨਾਂ ਵਿੱਚ ਸਾਡੀ ਨੀਕਾ ਵਾਰੀ ਦੰਡਾਰ ਵੰਦਨਾ ਹੈ